ਹੌਲੇ ਅਤੇ ਗਰਭ ਅਵਸਥਾ ਦੀ ਸ਼ੂਗਰ ਨਾਲ ਸਿਹਤਮੰਦ ਭੋਜਨ ਦੀ ਵੀਡੀਓ 5 ਵਿੱਚ ਆਪਕਾ ਸਵਾਗਤ ਹੈ। ਇਸ ਵੀਡੀਓ ਵਿੱਚ ਅਸੀਂ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ। ਵਧੇਰੇ ਜਾਣਕਾਰੀ ਤੱਕ ਪਹੁੰਚਣ ਲਈ ਲਾਭਦਾਇਕ ਲਿੰਕ ਸਾਂਝੇ ਕਰਾਂਗੇ ਅਤੇ ਡਾਇਬਿਟੀ ਦੀ ਸਭ ਤੋਂ ਵਧੀਆ ਸੰਪਰਕ ਵੇਰਵੇ ਪ੍ਰਦਾਨ ਕਰਾਂਗੇ। ਇਹ ਉਹਨਾਂ ਪ੍ਰਸ਼ਨਾਂ ਦੀ ਇੱਕ ਸੂਚੀ ਹੈ ਜਿਨ੍ਹਾਂ ਬਾਰੇ ਇਸ ਵੀਡੀਓ ਵਿੱਚ ਚਰਚਾ ਕੀਤੀ ਗਈ ਹੈ। ਇਹ ਵੇਖਣ ਲਈ ਕਿ ਤੁਹਾਡੇ ਲਈ ਜਿਹੜੇ ਪ੍ਰਸ਼ਨ ਵਧੇਰੇ ਢੁੱਕਵੇਂ ਹੋ ਸਕਦੇ ਹਨ, ਤੁਸੀਂ ਕੁਝ ਪਲ ਲੈ ਕੇ ਇਸ ਵੀਡੀਓ ਨੂੰ ਰੋਕ ਸਕਦੇ ਹੋ। ਇਹ ਕੋਈ ਡਿਕਟੇਸ਼ਨ ਨਹੀਂ। ਸਿਰਲੇਖ ਪ੍ਰਸ਼ਨ ਸਲਾਈਡ 5। ਆਇਰਨ ਦੀਆਂ ਗੋਲੀਆਂ ਦੇ ਨਾਲ ਤਾਜ਼ਾ ਸੰਤਰੇ ਦਾ ਜੂਸ ਲੈਣ ਦੀ ਸਲਾਹ ਦਿੱਤੀ ਜਾਣੀ ਆਮ ਗੱਲ ਹੈ। ਇਸ ਲਈ ਹੈ ਕਿਉਂਕਿ ਤਾਜ਼ਾ ਸੰਤਰੇ ਦੇ ਜੂਸ ਵਿੱਚ ਵਿਟਾਮਿਨ ਸੀ ਦਾ ਕੁਝ ਉੱਚ ਪੱਧਰ ਹੁੰਦਾ ਹੈ ਅਤੇ ਵਿਟਾਮਿਨ ਸੀ ਸਰੀਰ ਵਿੱਚ ਮੀਟ ਰਹਿਤ ਸਰੋਤਾਂ ਦੀ ਆਇਰਨ ਨੂੰ ਸੋਖਣ ਵਿੱਚ ਸਹਾਇਤਾ ਕਰਦਾ ਹੈ, ਪਰੰਤੂ ਤਾਜ਼ੇ ਫਲਾਂ ਦੇ ਜੂਸ ਸਰੀਰ ਦੁਆਰਾ ਜਲਦੀ ਸੋਖ ਲਿੱਤੇ ਜਾਂਦੇ ਹਨ, ਭਾਵ ਖੂਨ ਵਿੱਚ ਗਲੂਕੋਸ਼ ਦਾ ਪੱਧਰ ਬਹੁਤ ਤੇਜ਼ੀ ਨਾਲ ਵੱਧ ਸਕਦਾ ਹੈ ਅਤੇ ਬਹੁਤ ਜ਼ਿਆਦਾ ਵੱਧ ਸਕਦਾ ਹੈ। ਇਸ ਲਈ ਅਸੀਂ ਦਿਨ ਵਿੱਚ ਸਿਰਫ ਇੱਕ ਛੋਟਾ ਗਲਾਸ ਵੱਧ ਤੋਂ ਵੱਧ 150 ਮਿਲੀਲੀਟਰ ਸੰਤਰੇ ਦਾ ਜੂਸ ਪੀਣ ਦੀ ਸਲਾਹ ਦੇਵਾਂਗੇ। ਜੇ ਤੁਹਾਡਾ ਗਲੂਕੋਸ਼ ਦੇ ਪੱਧਰਾਂ 'ਤੇ ਇਸਦੇ ਪ੍ਰਭਾਵ ਨੂੰ ਸੀਮਿਤ ਕਰ ਦੇਵੇਗਾ। ਇਸ ਨੂੰ ਭੋਜਨ ਦੇ ਨਾਲ ਲੈਣਾ ਹੀ ਸਭ ਤੋਂ ਵਧੀਆ ਹੈ ਕਿਉਂਕਿ ਤੁਹਾਡਾ ਭੋਜਨ ਜੂਸ ਦੀ ਸਮਾਈ ਨੂੰ ਹੌਲੀ ਵਿੱਚ ਕਰਨ ਵਿੱਚ ਸਹਾਇਤਾ ਕਰੇਗਾ। ਵਿਕਲਪਕ ਤੌਰ 'ਤੇ ਤੁਸੀਂ ਆਪਣੀ ਨਾਈਟ ਆਇਰਨ ਦੀ ਗੋਲੀ ਦੇ ਨਾਲ ਵਿਟਾਮਿਨ ਸੀ ਦੇ ਹੋਰ ਸਰੋਤਾਂ ਦੀ ਚੋਣ ਕਰ ਸਕਦੇ ਹੋ, ਜਿਸ ਵਿੱਚ ਆਲੂ ਜਾਂ ਵਿਟਾਮਿਨ ਸੀ ਜਾਂ ਭਰਪੂਰ ਫਲ ਜਾਂ ਇੱਕ ਹਿੱਸਾ ਜਿਵੇਂ ਇੱਕ ਸੰਤਰਾ ਜਾਂ ਮੁੱਠੀ ਭਰ ਫਲ ਸ਼ਾਮਲ ਹਨ। ਖਾਣ ਅਤੇ ਪੀਣ ਵਾਲੇ ਕੁਝ ਪਦਾਰਥ ਆਇਰਨ ਦੀ ਸਮਾਈ ਨੂੰ ਘਟਾ ਸਕਦੇ ਹਨ ਅਤੇ ਇਹਨਾਂ ਨੂੰ ਤੁਹਾਡੀ ਆਇਰਨ ਦੀ ਗੋਲੀ ਦੇ ਨਾਲ ਉਸੇ ਸਮੇਂ ਨਾ ਲੈਣਾ ਸਭ ਤੋਂ ਵਧੀਆ ਹੈ। ਤੁਹਾਡੀ ਦਵਾਈ ਦੇ ਕੁਝ ਘੰਟਿਆਂ ਦੇ ਅੰਦਰ ਇਹਨਾਂ ਨੂੰ ਖਾਣ ਜਾਂ ਪੀਣਾ ਇਸ ਦੀ ਸਮਾਈ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹਨਾਂ ਵਿੱਚ ਕੁਝ ਉਦਾਹਰਣਾਂ ਦੇ ਤੌਰ 'ਤੇ ਚਾਹ, ਕੌਫੀ ਅਤੇ ਦੁੱਧ ਸ਼ਾਮਲ ਹੋ ਸਕਦੇ ਹਨ। ਸਿਰਲੇਖ ਪ੍ਰਸ਼ਨ ਪੜ੍ਹੋ। ਸਭ ਤੋਂ ਪਹਿਲਾਂ ਇਹ ਮਹੱਤਵਪੂਰਨ ਹੈ ਕਿ ਆਪਣੇ GP ਜਾਂ ਸਿਹਤ ਸੰਭਾਲ ਦੀ ਟੀਮ ਨਾਲ ਗੱਲ ਕੀਤੇ ਬਿਨਾਂ ਕੋਈ ਵੀ ਦਵਾਈ ਲੈਣੀ ਬੰਦ ਨਹੀਂ ਕਰਨੀ। ਕੁਝ ਦਵਾਈਆਂ ਵਿੱਚ ਖੰਡ ਹੋ ਸਕਦੀ ਹੈ, ਪਰ ਖੂਨ ਵਿੱਚ ਗਲੂਕੋਸ਼ ਦੀ ਸਮਰੱਥਾ ਅਤੇ ਜਿਸ ਦੀ ਮਾਤਰਾ ਵਿੱਚ ਪ੍ਰਭਾਵ ਆਮ ਤੌਰ 'ਤੇ ਬਹੁਤ ਘੱਟ ਹੁੰਦਾ ਹੈ ਅਤੇ ਇਸ ਲਈ ਇਸ ਨੂੰ ਲੈਣਾ ਜਾਰੀ ਰੱਖਣਾ ਸੁਰੱਖਿਅਤ ਹੁੰਦਾ ਹੈ। ਕਦੀ ਕਦੀ ਤਰਲ ਰੂਪ ਵਾਲੀ ਦਵਾਈ ਵਿੱਚ ਖੰਡ ਦੀ ਕੁਝ ਮਾਤਰਾ ਹੁੰਦੀ ਹੈ, ਜਿਵੇਂ ਕਿ ਖੰਡ ਦੇ ਉਪਰਾਧ ਦਾ ਜੁਲਾਬ ਹਾਲਕ ਅਤੇ ਆਰਤਨ ਖੰਡ ਤਹਿਤ ਸਰੂਪ ਉਪਲਬਧ ਹਨ। ਇਸ ਲਈ ਕਿਸੇ ਵੀ ਪ੍ਰਸਕ੍ਰਾਈਬ ਕੀਤੀ ਗਈ ਦਵਾਈ ਬਾਰੇ ਜੇ ਤੁਸੀਂ ਕੋਈ ਹੋਰ ਵਾਧੂ ਜਾਣਕਾਰੀ ਅਤੇ ਸਲਾਹ ਚਾਹੁੰਦੇ ਹੋ ਤਾਂ ਆਪਣੇ GP ਦਾ ਜਾਂ ਫਾਰਮਿਸਟ ਨੂੰ ਪੁੱਛਣਾ
ਚੰਗਾ ਹੁੰਦਾ ਹੈ। ਸਿਰਲੇਖ ਪੜ੍ਹੋ। ਜੜੀ ਬੂਟੀਆਂ ਮਸਾਲੇ ਮਿਰਚ ਸਮੇਤ ਅਤੇ ਲੂਣ ਵਿੱਚ ਕਾਰਬੋਹਾਈਡਰੇਟ ਨਹੀਂ ਹੁੰਦੇ, ਇਸ ਲਈ ਇਹਨਾਂ ਦੀ ਵਰਤੋਂ ਤੁਹਾਡੇ ਖੂਨ ਵਿੱਚ ਗਲੂਕੋਸ਼ ਦੇ ਪੱਧਰਾਂ ਨੂੰ ਪ੍ਰਭਾਵਿਤ ਨਹੀਂ ਕਰੇਗੀ। ਪਰ ਆਮ ਸਿਹਤ ਲਈ ਸਾਡੇ ਭੋਜਨ ਵਿੱਚ ਬਹੁਤ ਜ਼ਿਆਦਾ ਲੂਣ ਪਾਉਣ ਤੋਂ ਪਰਹੇਜ਼ ਕਰਨਾ ਮਹੱਤਵਪੂਰਨ ਹੈ। ਜੇ ਤੁਸੀਂ ਪਹਿਲਾਂ ਤੋਂ ਤਿਆਰ ਸਾਸ ਦੀ ਵਰਤੋਂ ਕਰਦੇ ਹੋ ਤਾਂ ਜਿਵੇਂ ਕਿ ਸ਼ੀਸ਼ੀ ਵਿੱਚੋਂ ਟਮਾਟਰ ਜਾਂ ਕਰੀਮ ਵਾਲੀ ਸੌਸ, ਇਹ ਤੁਹਾਡੇ ਗਲੂਕੋਜ਼ ਦੇ ਪਰਹੇਜ਼ ਨੂੰ ਗਲੂਕੋਜ਼ ਦੇ ਪੱਧਰ ਨੂੰ ਵਧਾ ਸਕਦੀ ਹੈ, ਕਿਉਂਕਿ ਉਹਨਾਂ ਵਿੱਚ ਕੁਝ ਕਾਰਬੋਹਾਈਡਰੇਟ ਹੋ ਸਕਦੇ ਹਨ। ਉਹਨੂੰ ਇਹਨਾਂ ਸੌਸਾਂ ਤੋਂ ਪਰਹੇਜ਼ ਕਰਨਾ ਜ਼ਰੂਰੀ ਨਹੀਂ ਹੈ, ਪਰ ਤੁਹਾਡੇ ਗਲੂਕੋਜ਼ ਨਿਯੰਤਰਣ ਲਈ ਘੱਟ ਖੰਡ ਵਾਲੀ ਜਾਂ ਬਿਲਕੁਲ ਖੰਡ ਰਹਿਤ ਵਿਕਲਪ ਦੀ ਚੋਣ ਕਰਨਾ ਆਮ ਅਤੇ ਆਮ ਸਿਹਤ ਲਾਭਾਂ ਲਈ ਘੱਟ ਚਰਬੀ ਵਾਲੇ, ਘੱਟ ਲੂਣ ਜਾਂ ਬਿਲਕੁਲ ਲੂਣ ਰਹਿਤ ਵਿਕਲਪ ਹਮੇਸ਼ਾ ਸਭ ਤੋਂ ਵਧੀਆ ਉੱਤਮ ਹੁੰਦੇ ਹਨ। ਸਿਰਲੇਖ ਪੜ੍ਹੋ। ਨਿਯਮਤ ਖਾਣ ਪੀਣ ਦਾ ਤਰੀਕਾ ਤੁਹਾਡੇ ਸਰੀਰ ਨੂੰ ਦਿਨ ਭਰ ਊਰਜਾ ਦੀ ਨਿਰੰਤਰ ਸਪਲਾਈ ਪ੍ਰਦਾਨ ਕਰਨ ਦਾ ਇੱਕ ਵਧੀਆ ਤਰੀਕਾ ਹੈ। ਇਹ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਸਥਿਤ ਰੱਖਣ ਵਿੱਚ ਵੀ ਮਦਦਗਾਰ ਹੋ ਸਕਦਾ ਹੈ। ਤੁਸੀਂ ਇਕੱਲੇ ਨਹੀਂ ਹੋ, ਪਰੰਤੂ ਜੋ ਤੁਹਾਨੂੰ ਲੱਗਦਾ ਹੈ ਕਿ ਹਮੇਸ਼ਾ ਪ੍ਰਾਪਤ ਕਰਨ ਯੋਗ ਨਹੀਂ ਹੈ, ਗਰਭ ਅਵਸਥਾ ਵਿੱਚ ਭੁੱਖ ਜ਼ਿਆਦਾ ਭੁੱਖ ਲੱਗਣਾ ਜਾਂ ਮਤਲੀ ਅਤੇ ਉਲਟੀ ਵਰਗੀਆਂ ਸਥਿਤੀਆਂ ਨਾਲ ਪੀੜਿਤ ਹੋਣਾ ਆਮ ਗੱਲ ਹੋ ਸਕਦੀ ਹੈ। ਜੇ ਤੁਸੀਂ ਅਜਿਹੀਆਂ ਸਥਿਤੀਆਂ ਦਾ ਅਨੁਭਵ ਕਰ ਰਹੇ ਹੋ ਤਾਂ ਆਪਣੇ ਡਾਕਟਰ ਜਾਂ ਡਾਇਬੀਟੀਜ਼ ਟੀਮ ਨੂੰ ਇਸ ਦਾ ਜ਼ਿਕਰ ਨਿਸ਼ਚਿਤ ਜ਼ਰੂਰ ਰੂਪ ਵਿੱਚ ਕਰੋ, ਕਿਉਂਕਿ ਹੋਰ ਸਲਾਹ ਜਾਂ ਦਵਾਈ ਹੋ ਸਕਦੀ ਹੈ ਜੋ ਤੁਹਾਡੇ ਲੱਛਣਾਂ ਨੂੰ ਘਟਾਉਣ ਵਿੱਚ ਸਹਾਇਤਾ ਕਰ ਸਕਦੀ ਹੈ। ਸਿਰਲੇਖ ਪੜ੍ਹੋ। ਕਦੀ ਕਦੀ, ਕਿਉਂਕਿ ਇਹ ਨਿਰਭਰ ਕਰਦਾ ਹੈ ਕਿ ਇਹ ਕੀ ਹੈ, ਗਰਮ ਘੇ ਜਾਂ ਸੀਰੀਅਲ ਵਿੱਚ ਖੰਡ ਮਿਲਾਉਣ ਜਾਂ ਪੂਰੀ ਖੰਡ ਵਾਲੀ ਫਿਜ਼ੀ ਡਰਿੰਕ ਪੀਣ ਦੀ ਬਜਾਏ, ਅਸੀਂ ਸੁਝਾਅ ਦਿੰਦੇ ਹਾਂ ਕਿ ਇਸ ਨੂੰ ਬਦਲ ਕੇ ਨਕਲੀ ਮਿੱਠੇ ਜਾਂ ਡਾਇਟ ਖੰਡ ਰਹਿਤ ਜਾਂ ਫਿਜ਼ੀ ਡਰਿੰਕਾਂ ਲਈ ਜ਼ੀਰੋ ਵਿਕਲਪਾਂ ਦੀ ਵਰਤੋਂ ਕਰੋ। ਇਹਨਾਂ ਉਤਪਾਦਾਂ ਦੇ ਅੰਦਰ ਨਕਲੀ ਮਿੱਠੇ ਦੀ ਕਿਸਮ ਵਿੱਚ ਬਹੁਤ ਘੱਟ ਤੋਂ ਕੋਈ ਕੈਲਰੀ ਨਹੀਂ ਹੁੰਦੀ, ਅਤੇ ਇਸ ਵਿੱਚ ਬਹੁਤ ਘੱਟ ਜਾਂ ਕੋਈ ਕਾਰਬੋਹਾਈਡਰੇਟ ਨਹੀਂ ਹੁੰਦੇ, ਮਤਲਬ ਕਿ ਤੁਹਾਡੇ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਪ੍ਰਭਾਵਿਤ ਨਹੀਂ ਕਰਦੇ ਅਤੇ ਉਹਨਾਂ ਨੂੰ ਬਿਲਕੁਲ ਸੁਰੱਖਿਅਤ ਵਿਕਲਪ ਮੰਨਿਆ ਜਾਂਦਾ ਹੈ। ਹਾਲਾਂਕਿ ਅਸੀਂ ਆਮ ਤੌਰ 'ਤੇ ਤੁਹਾਡੇ ਲਈ ਖੰਡ ਰਹਿਤ ਬਿਸਕੁਟ, ਖੰਡ ਰਹਿਤ ਮਠਿਆਈਆਂ ਜਾਂ ਖੰਡ ਰਹਿਤ ਚਾਕਲੇਟ ਵਰਗੇ ਉਤਪਾਦਾਂ ਦੀ ਸਿਫਾਰਸ਼ ਨਹੀਂ ਕਰਦੇ। ਇਹ ਇਸ ਲਈ ਹੈ ਕਿ ਕਿਉਂਕਿ ਉਹ ਵੱਖ ਕਿਸਮਾਂ ਦੇ ਨਕਲੀ ਮਿੱਠੇ ਦੀ ਵਰਤੋਂ ਕਰਦੇ ਹਨ ਜਿਨ੍ਹਾਂ ਤੋਂ ਅਸੀਂ ਬਚਣ ਦੀ ਸੁਝਾਅ ਦਿੰਦੇ ਹਾਂ। ਹਾਲਾਂਕਿ ਇਹਨਾਂ ਵਸਤੂਆਂ ਵਿੱਚ ਕੋਈ ਟੇਬਲ ਸ਼ੂਗਰ ਨਹੀਂ ਹੈ, ਫਿਰ ਵੀ ਉਹਨਾਂ ਵਿੱਚ ਉੱਚ ਮਾਤਰਾ ਵਿੱਚ ਚਰਬੀ ਅਤੇ ਕੈਲੋਰੀਆਂ ਹੋ ਸਕਦੀਆਂ ਹਨ ਅਤੇ
ਇਹ ਅਜੇ ਵੀ ਖੂਨ ਵਿੱਚ ਗਲੂਕੋਸ਼ ਦੇ ਪੱਧਰ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇਹਨਾਂ ਨੂੰ ਵੱਡੀ ਮਾਤਰਾ ਵਿੱਚ ਖਾਣਾ ਜਾਂ ਛੱਡਣ, ਪੇਟ ਫੁੱਲਣ, ਮਾਤਰਾ ਵਿੱਚ ਖਾਣਾ, ਜੁਲਾਬ ਦੇ ਲੱਛਣ, ਪੇਟ ਫੁੱਲਣ, ਗੈਸ ਅਤੇ ਦਸਤ ਦੇ ਹੋਣ ਕਾਰਨ ਵੀ ਹੋ ਸਕਦੇ ਹਨ। ਸਿਰਲੇਖ ਪੜ੍ਹੋ। ਸਿਹਤਮੰਦ ਵਜਨ ਪ੍ਰਾਪਤ ਕਰਨ ਦੇ ਬਹੁਤ ਸਾਰੇ ਸਿਹਤ ਲਾਭ ਹੁੰਦੇ ਹਨ, ਪਰ ਗਰਭ ਅਵਸਥਾ ਦੌਰਾਨ ਭਾਰ ਘਟਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਜਦੋਂ ਤੁਸੀਂ ਗਰਭਵਤੀ ਹੋ ਜਾਂ ਅਸੀਂ ਕਿਸੇ ਵੀ ਫੈਡ ਡਾਇਟਸ ਨੂੰ ਅਜਮਾਉਣ ਦੇ ਵਿਰੁੱਧ ਜ਼ੋਰਦਾਰ ਸਲਾਹ ਦਿੰਦੇ ਹਾਂ। ਇਸ ਦੀ ਬਜਾਏ ਆਪਣੀ ਖੁਰਾਕ ਵਿੱਚ ਇੱਕ ਚੰਗਾ ਸੰਤੁਲਨ ਕਿਵੇਂ ਪ੍ਰਾਪਤ ਕਰਨਾ ਹੈ ਅਤੇ ਆਪਣੇ ਖੂਨ ਵਿੱਚ ਗਲੂਕੋਸ਼ ਨਿਯੰਤਰਣ ਨੂੰ ਅਨੁਕੂਲ ਕਿਵੇਂ ਬਣਾਇਆ ਜਾਵੇ, ਇਸ ਬਾਰੇ ਖੁਰਾਕ ਸੰਬੰਧੀ ਸਲਾਹ ਦੀ ਪਾਲਣਾ ਕਰਨਾ ਸਭ ਤੋਂ ਵਧੀਆ ਹੈ। ਇਹ ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ ਗਰਭ ਅਵਸਥਾ ਦੇ ਦੌਰਾਨ ਲੋੜੀਂਦੇ ਪੌਸ਼ਟਿਕ ਤੱਤ ਪ੍ਰਦਾਨ ਕਰੇਗਾ ਅਤੇ ਤੁਹਾਨੂੰ ਦੋਵਾਂ ਨੂੰ ਇਹਨਾਂ ਸੰਬੰਧਿਤ ਜਿੰਨਾ ਸੰਭਵ ਹੈ ਸਿਹਤਮੰਦ ਰੱਖੇਗਾ। ਜੇ ਤੁਸੀਂ ਆਪਣੇ ਬੱਚੇ ਦੇ ਜਨਮ ਤੋਂ ਬਾਅਦ ਵਜਨ ਘਟਾਉਣਾ ਚਾਹੁੰਦੇ ਹੋ ਤਾਂ NHS ਗ੍ਰੇਟਰ ਗਲਾਸਗੋ ਅਤੇ ਕਲਾਈਡ ਕੋਲ ਬਹੁਤ ਸਾਰੀਆਂ ਸੇਵਾਵਾਂ ਹਨ। ਜੇ ਤੁਸੀਂ ਵਜਨ ਘਟਾਉਣ ਦੀ ਯਾਤਰਾ ਵਿੱਚ ਤੁਹਾਡੀ ਸਹਾਇਤਾ ਕਰ ਸਕਦੀਆਂ ਹਨ। ਜੇ ਤੁਸੀਂ ਮੌਜੂਦਾ ਗਰਭ ਅਵਸਥਾ ਦੇ ਆਰੰਭ ਵਿੱਚ ਤੁਹਾਡਾ BMI 25 ਤੋਂ ਵੱਧ ਸੀ ਤਾਂ ਤੁਹਾਡੇ ਬੱਚੇ ਦੇ ਜਨਮ ਤੋਂ ਲਗਭਗ 6 ਮਹੀਨਿਆਂ ਦੇ ਬਾਅਦ ਤੁਹਾਨੂੰ ਵਜ਼ਨ ਪ੍ਰਬੰਧ ਸਹਾਇਤਾ ਦੀ ਪੇਸ਼ਕਸ਼ ਕਰਨ ਦੀ ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ। ਸਿਰਲੇਖ ਪੜ੍ਹੋ। ਕੁਝ ਲੋਕ ਕਾਰਬੋਹਾਈਡਰੇਟਸ ਦੇ ਮੋਟਾ ਕਰਨ ਵਾਲੇ ਹੋਣ ਬਾਰੇ ਚਿੰਤਤ ਹਨ, ਪਰ ਹਰੇਕ ਗ੍ਰਾਮ ਵਿੱਚ ਉਹਨਾਂ ਵਿੱਚ ਖੁਰਾਕ ਵਿੱਚ ਚਰਬੀ ਨਾਲੋਂ ਅੱਧੀ ਤੋਂ ਘੱਟ ਮਾਤਰਾ ਵਿੱਚ ਕੈਲਰੀਆਂ ਹੁੰਦੀਆਂ ਹਨ। ਕਾਰਬੋਹਾਈਡਰੇਟ ਖੁਰਾਕ ਦੇ ਮੁੱਖ ਪੌਸ਼ਟਿਕ ਤੱਤਾਂ ਵਿੱਚੋਂ ਇੱਕ ਹਨ ਜੋ ਸਰੀਰ ਦੇ ਨੂੰ ਊਰਜਾ ਅਤੇ ਮੁੱਖ ਸਰੋਤ ਨਾਲ ਕਈ ਹੋਰ ਵਿਟਾਮਿਨ, ਖਣਿਜ ਅਤੇ ਰੇਸ਼ਾ ਪ੍ਰਦਾਨ ਕਰਦੇ ਹਨ। ਇਹ ਮਹੱਤਵਪੂਰਨ ਹੈ ਕਿ ਇਸ ਕਾਰਨ ਕਰਕੇ ਕਾਰਬੋਹਾਈਡਰੇਟ ਤੁਹਾਡੇ ਖੁਰਾਕ ਵਿੱਚ ਸ਼ਾਮਲ ਕੀਤੇ ਜਾਣ। ਸਲਾਹਕ ਬਾਰੇ ਹਾਲਾਂਕਿ ਸਾਰੇ ਕਾਰਬੋਹਾਈਡਰੇਟ ਖੂਨ ਵਿੱਚ ਗਲੂਕੋਸ਼ ਦੇ ਪੱਧਰ ਨੂੰ ਵਧਾਉਂਦੇ ਹਨ, ਇਹ ਸਿਰਫ ਸਧਾਰਨ ਖੰਡ ਹੈ। ਇਸ ਤੋਂ ਅਸੀਂ ਗਰਭ ਅਵਸਥਾ ਦੀ ਸ਼ੂਗਰ ਵਿੱਚ ਬਚਣ ਦੀ ਸਿਫਾਰਿਸ਼ ਕਰਦੇ ਹਾਂ। ਅਸੀਂ ਸਾਰੇ ਕਾਰਬੋਹਾਈਡਰੇਟ ਲਈ ਕੇਵਲ ਇਹ ਜਾਣਨਾ ਮਹੱਤਵਪੂਰਨ ਹੈ ਕਿ ਉਹ ਖੁਰਾਕ ਵਿੱਚ ਕਿੱਥੇ ਹਨ ਅਤੇ ਉਹਨਾਂ ਸਾਰਿਆਂ ਨੂੰ ਇੱਕੋ ਸਮੇਂ ਵਿੱਚ ਬਹੁਤ ਜ਼ਿਆਦਾ ਨਾ ਖਾਧਾ ਜਾਏ। ਇੱਕ ਵਾਰ ਵਿੱਚ ਬਹੁਤ ਜ਼ਿਆਦਾ ਕਾਰਬੋਹਾਈਡਰੇਟ ਗਲੂਕੋਸ਼ ਦੇ ਪੱਧਰ ਨੂੰ ਦਿਨ ਭਰ ਲਈ ਛੋਟੀ ਛੋਟੀ ਮਾਤਰਾ ਵਿੱਚ ਖਾਣ ਦੇ ਮੁਕਾਬਲੇ ਜ਼ਿਆਦਾਤਰ ਵਧਾ ਦੇਣਗੇ। ਆਪਣੇ ਕਾਰਬੋਹਾਈਡਰੇਟ ਦੀ ਮਾਤਰਾ ਨੂੰ ਦਿਨ ਭਰ ਵਿੱਚ ਵੰਡਣਾ ਬਹੁਤ ਤੁਹਾਡੇ ਖੂਨ ਵਿੱਚ ਗਲੂਕੋਸ਼ ਦੇ ਪੱਧਰ ਨੂੰ ਸਾਰਥਿਕ ਰੱਖਣ ਦੇ ਨਾਲ ਨਾਲ ਊਰਜਾ ਦੇ ਨਿਰੰਤਰਨ ਸਪਲਾਈ ਪ੍ਰਦਾਨ ਕਰਨ ਵਿੱਚ ਮਦਦਗਾਰ ਹੋ ਸਕਦਾ ਹੈ।
ਅਤੇ ਐਂਡ ਆਫ ਸਲਾਈਡ 17 ਸਿਰਲੇਖ ਪੜ੍ਹੋ। ਜੇ ਤੁਸੀਂ ਭੋਜਨਾਂ ਦੇ ਵਿਚਕਾਰ ਖਾ ਰਹੇ ਹੋ ਤਾਂ ਅਸੀਂ ਕਾਰਬੋਹਾਈਡਰੇਟ ਦੀ ਮਾਤਰਾ ਵੱਧ ਤੋਂ ਵੱਧ 10 ਗ੍ਰਾਮ ਰੱਖਣ ਦੀ ਸਲਾਹ ਦਿੰਦੇ ਹਨ। ਤੁਹਾਨੂੰ ਵੀਡੀਓ 3 ਵਿੱਚ 10 ਗ੍ਰਾਮ ਕਾਰਬੋਹਾਈਡਰੇਟ ਵਾਲੇ ਸਨੈਕ ਅਤੇ ਕਾਰਬੋਹਾਈਡਰੇਟ ਸਿਹਤ ਸਨੈਕ ਦੋਵਾਂ ਦਾ ਸੁਝਾਅ ਮਿਲਣਗੇ। ਤੁਸੀਂ ਖਾਣ ਪੀਣ ਵਾਲੇ ਪਦਾਰਥਾਂ ਫੂਡ ਲੇਵਲ ਉੱਤੇ ਵੀ ਕਾਰਬੋਹਾਈਡਰੇਟ ਸਮੱਗਰੀ ਦੀ ਜਾਂਚ ਵੀ ਕਰ ਸਕਦੇ ਹੋ, ਇਹ ਪਤਾ ਲਗਾਉਣ ਲਈ ਕਿ ਕੋਈ ਚੀਜ਼ ਭੋਜਨ ਕੋਈ ਭੋਜਨਾਂ ਵਿੱਚ ਵਿਚਾਰ ਸਨੈਕ ਲਈ ਢੁਕਵੀਂ ਹੈ। ਤੁਸੀਂ ਲੇਬਲ 'ਤੇ ਕਿਹੜੀ ਖੰਡ ਦੇ ਗਿਣਤੀ ਦੀ ਬਜਾਏ ਕੁੱਲ ਕਾਰਬੋਹਾਈਡ ਨੰਬਰ ਦੇਖੋਗੇ। ਇਸ ਲਈ ਉਦਾਹਰਣ ਵਿੱਚ ਲੇਬਲ ਸਾਨੂੰ ਦੱਸਦਾ ਹੈ ਕਿ ਹਰੇਕ ਪੈਕਟ ਵਿੱਚ 7.5 ਗ੍ਰਾਮ ਕਾਰਬੋਹਾਈਡ ਹੈ, ਕਿਉਂਕਿ ਇਹ 10 ਗ੍ਰਾਮ ਕਾਰਬੋਹਾਈਡ ਤੋਂ ਘੱਟ ਹੈ। ਤੁਹਾਨੂੰ ਪਤਾ ਹੈ ਕਿ ਸਾਡੇ ਭੋਜਨਾਂ ਦੇ ਵਿਚਕਾਰ ਸਨੈਕ ਲਈ ਅਸੀਂ ਇਹਨਾਂ ਕਿਸਮਾਂ ਦਾ ਪ੍ਰਯੋਗ ਕਰ ਸਕਦੇ ਹਾਂ। ਭੋਜਨਾਂ ਵਿੱਚ ਕਾਰਬੋਹਾਈਡ ਲਈ ਗ੍ਰਾਮ ਦੀ ਕੋਈ ਖਾਸ ਸੰਖਿਆ ਨਿਸ਼ਚਿਤ ਨਹੀਂ ਹੈ, ਪਰ ਇੱਕ ਸੇਧ ਦੇ ਤੌਰ 'ਤੇ ਤੁਸੀਂ ਵੀਡੀਓ 3 ਵਿੱਚ ਹੱਥ ਨਾਲ ਨਾਪੇ ਭਾਗਾਂ ਦੇ ਚਾਰਟ ਦੁਆਰਾ ਦੇਖ ਸਕਦੇ ਹੋ। ਜੋ ਦਿਖਾਉਂਦਾ ਹੈ ਕਿ ਤੁਸੀਂ ਕਿਵੇਂ ਆਪਣੇ ਹੱਥ ਨਾਲ ਸਿਰਾਫਤ ਕੀਤੇ ਭੋਜਨ ਸਾਈਜ਼ ਦਾ ਅੰਦਾਜ਼ਾ ਲਗਾ ਸਕਦੇ ਹੋ। ਤੁਹਾਡੇ ਨਤੀਜਿਆਂ 'ਤੇ ਫਿਰ ਤੋਂ ਵਿਚਾਰ ਕਰਨਾ ਤੁਹਾਡੇ ਲਈ ਕਾਰਬੋਹਾਈਡਰੇਟ ਦੇ ਢੁਕਵੇਂ ਪੋਰਸ਼ਨ ਸਾਈਜ਼ ਦਾ ਪਤਾ ਲਗਾਉਣ ਦਾ ਇੱਕ ਹੋਰ ਸਹਾਇਕ ਤਰੀਕਾ ਹੈ। ਵੀਡੀਓ 3 ਵਿੱਚ ਵਿਖਾਣ ਕੀਤਾ ਗਿਆ ਹੈ ਕਿ ਤੁਸੀਂ ਕਿਵੇਂ ਭੋਜਨ ਮੂਡ ਅਤੇ ਖੂਨ ਵਿੱਚ ਗਲੂਕੋਜ਼ ਦੀ ਇੱਕ ਡਾਇਰੀ ਰੱਖ ਸਕਦੇ ਹੋ, ਜੋ ਇਹ ਪਛਾਣ ਵਿੱਚ ਮਦਦਗਾਰ ਹੋ ਸਕਦੀ ਹੈ ਕਿ ਤੁਹਾਡੇ ਕਿਸੇ ਵਿਸ਼ੇਸ਼ ਭੋਜਨ ਨਾਲ ਤੁਹਾਡੇ ਖੂਨ ਗਲੂਕੋਜ਼ ਦੇ ਪੱਧਰ 'ਤੇ ਕੀ ਪ੍ਰਭਾਵ ਪੈਂਦਾ ਹੈ। ਇਹ ਜ਼ਰੂਰੀ ਨਹੀਂ ਕਿ ਤੁਸੀਂ ਹਰ ਇੱਕ ਭੋਜਨ ਵਿੱਚ ਕਾਰਬੋਹਾਈਡਰੇਟ ਲੈਣ ਦੀ ਜ਼ਰੂਰਤ ਹੈ, ਪਰ ਜ਼ਿਆਦਾਤਰ ਸਮੇਂ ਜ਼ਿਆਦਾ ਕਰਨ ਅਜਿਹਾ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕਿ ਵੀ ਇਹ ਵੀ ਮਹੱਤਵਪੂਰਨ ਹੈ ਕਿ ਤੁਸੀਂ ਕਾਰਬੋਹਾਈਡਰੇਟ ਦੇ ਸੇਵਨ ਵਿੱਚ ਬਹੁਤ ਜ਼ਿਆਦਾ ਕਟੌਤੀ ਨਾ ਕੀਤੀ ਜਾਵੇ। ਜੇ ਤੁਸੀਂ ਕਾਰਬੋਹਾਈਡਰੇਟ ਨੂੰ ਗੰਭੀਰ ਰੂਪ ਵਿੱਚ ਸੀਮਿਤ ਕਰ ਰਹੇ ਹੋ ਜਾਂ ਉਸ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰ ਰਹੇ ਹੋ ਤਾਂ ਤੁਹਾਡੇ ਖੂਨ ਵਿੱਚ ਗਲੂਕੋਜ਼ ਦੀ ਟੀਚਿਆਂ ਨੂੰ ਪੂਰਾ ਕਰਨ ਲਈ ਹੋ ਸਕਦਾ ਹੈ ਸੁਝਾਅ ਦਿੱਤਾ ਜਾਏ ਕਿ ਦਵਾਈ ਜਾਂ ਤੁਹਾਡੇ ਦਵਾਈ ਵਿੱਚ ਤਬਦੀਲੀ ਦੀ ਜ਼ਰੂਰਤ ਹੈ। ਦਵਾਈ ਸ਼ੁਰੂ ਕਰਨਾ ਜਾਂ ਬਦਲਣ ਵਿੱਚ ਸੁਨਿਸ਼ਚਿਤ ਕਰਦੇ ਹੋਏ ਤੁਹਾਡੇ ਖੂਨ ਵਿੱਚ ਗਲੂਕੋਜ਼ ਦੇ ਪੱਧਰਾਂ ਨੂੰ ਨਿਯੰਤਰਣ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ ਕਿ ਤੁਸੀਂ ਅਜੇ ਵੀ ਕਾਰਬੋਹਾਈਡਰੇਟ ਦੀ ਲੋੜੀਂਦੇ ਹਿੱਸੇ ਖਾਣ ਯੋਗ ਹੋ। ਐਂਡ ਆਫ ਸਿਰਲੇਖ ਪੜ੍ਹੋ। ਪੇਅਰਿੰਗ ਇੱਕ ਅਜਿਹਾ ਸ਼ਬਦ ਹੈ ਜਿਸ ਦਾ ਹਵਾਲਾ ਇਸ ਲਈ ਦਿੱਤਾ ਜਾਂਦਾ ਹੈ ਜਦੋਂ ਤੁਸੀਂ ਅਜਿਹੇ ਭੋਜਨ ਖਾਂਦੇ ਹੋ ਜੋ ਤੁਹਾਡੇ ਕਾਰਬੋਹਾਈਡਰੇਟ ਦੇ ਨਾਲ ਮੁਕਾਬਲੇ ਵਿੱਚ ਵੱਧ ਚਰਬੀ ਵਾਲੇ ਹੁੰਦੇ ਹਨ। ਚਰਬੀ ਪਾਚਨ ਨੂੰ ਹੌਲੀ ਕਰ ਦਿੰਦੀ ਹੈ, ਇਸ ਲਈ ਪੇਅਰਿੰਗ ਨਾਲ ਤਰਕ ਇਹ ਹੈ ਕਿ ਤੁਹਾਡੇ ਕਾਰਬੋਹਾਈਡਰੇਟ ਦੇ ਨਾਲ ਚਰਬੀ ਖਾਣ ਨਾਲ ਉਹ ਗਤੀ ਧੀਰੇ ਹੋ ਜਾਂਦੀ ਹੈ ਜਿਸ ਨਾਲ ਹਜ਼ਮ ਹੁੰਦਾ ਹੈ।
ਅਤੇ ਤੁਹਾਡੇ ਖੂਨ ਵਿੱਚ ਗਲੂਕੋਜ਼ ਦੇ ਪੱਧਰ ਦੇ ਵਧਣ ਦੀ ਗਤੀ ਨੂੰ ਧੀਰੇ ਕਰ ਦਿੰਦਾ ਹੈ। ਪੇਰਿੰਗ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਦੀ ਅਸੀਂ ਵਿਸ਼ੇਸ਼ ਤੌਰ 'ਤੇ ਸਿਫਾਰਿਸ਼ ਕਰਦੇ ਹਾਂ, ਪਰ ਇਹ ਅਜਿਹੀ ਚੀਜ਼ ਹੈ ਜੋ ਤੁਸੀਂ ਕੁਝ ਹੱਦ ਤੱਕ ਪਹਿਲਾਂ ਤੋਂ ਹੀ ਕਰ ਰਹੇ ਹੋ। ਵੀਡੀਓ 2 ਅਤੇ ਵੀਡੀਓ 3 ਵਿੱਚ ਸਿਹਤਮੰਦ ਭੋਜਨ ਖਾਣ ਨਾਲ ਦੀ ਸਲਾਹ ਦੇ ਬਾਅਦ ਤੁਸੀਂ ਸਾਰੇ ਦਿਨ ਵਿੱਚ ਖਾਣੇ ਦੇ ਸਮੂਹਾਂ ਦੇ ਮਿਸ਼ਰਣ ਦੇ ਲਾਭ ਦੇਖਦੇ ਹੋਵੋਗੇ। ਜੇ ਕੁਦਰਤੀ ਤੌਰ 'ਤੇ ਚਰਬੀ ਅਤੇ ਪ੍ਰੋਟੀਨ ਦੇ ਕੁਝ ਸਰੋਤਾਂ ਵਿੱਚ ਮਿਸ਼ਰਣ ਰਹੇਗਾ ਜੋ ਦੋਵੇਂ ਤੁਹਾਡੇ ਕਾਰਬੋਹਾਈਡ ਅਤੇ ਲੀਨ ਹੋਣ ਦੀ ਗਤੀ ਨੂੰ ਹੌਲੀ ਕਰ ਸਕਦੇ ਹਨ। ਇਹ ਜ਼ਿਕਰ ਕਰਨਾ ਲਾਭਦਾਇਕ ਹੈ ਕਿ ਕੁਝ ਲੋਕ ਪਾਚਨ ਨੂੰ ਹੌਲੀ ਕਰਨ ਲਈ ਕੁਝ ਚਰਬੀ ਵਾਲੇ ਉਤਪਾਦਾਂ ਦੀ ਚੋਣ ਕਰਨ ਦੀ ਸਲਾਹ ਦਿੰਦੇ ਹਨ, ਪਰ ਅਸੀਂ ਇਹ ਸਿਫਾਰਿਸ਼ ਨਹੀਂ ਕਰਾਂਗੇ। ਸਮੁੱਚੇ ਸਿਹਤ ਲਾਭਾਂ ਲਈ ਪਿਛਲੇ ਵੀਡੀਓ ਦੀ ਸਲਾਹ ਦੀ ਪਾਲਣਾ ਕਰਕੇ ਚਰਬੀ ਦੀ ਉਚਿਤ ਮਾਤਰਾ ਪ੍ਰਾਪਤ ਕੀਤੀ ਜਾ ਸਕਦੀ ਹੈ। ਜਿੱਥੇ ਅਸੀਂ ਸਿਫਾਰਿਸ਼ ਕਰਦੇ ਹਾਂ, ਅਸੀਂ ਸੁਝਾਅ ਦਿੰਦੇ ਹਾਂ ਕਿ ਪ੍ਰਸਤੁਤ ਚਰਬੀਆਂ ਨੂੰ ਕਿਵੇਂ ਘਟਾਉਣ ਅਤੇ ਬਥੇਰੇ ਅਸੰਤ੍ਰਿਪਤ ਚਰਬੀਆਂ ਤੋਂ ਦੀ ਚੋਣ ਕਿਵੇਂ ਕਰਨੀ ਹੈ। ਸਿਰਲੇਖ ਪੜ੍ਹੋ। ਜੇ ਤੁਸੀਂ ਭੋਜਨ ਦੇ ਵਿਚਕਾਰ ਖਾ ਰਹੇ ਹੋ ਤਾਂ ਅਸੀਂ ਕਾਰਬੋਹਾਈਡ ਦੀ ਮਾਤਰਾ ਵੱਧ ਤੋਂ ਵੱਧ 10 ਗ੍ਰਾਮ ਰੱਖਣ ਦੀ ਸਲਾਹ ਦਿੰਦੇ ਹਾਂ। ਜੇ ਤੁਸੀਂ ਕਿਸੇ ਭੋਜਨ ਤੋਂ ਬਾਅਦ ਆਪਣੇ 2 ਘੰਟੇ ਦੀ ਜਾਂਚ ਕਰਨ ਤੋਂ ਪਹਿਲਾਂ ਖਾ ਰਹੇ ਹੋ ਤਾਂ ਟੈਸਟ ਤੋਂ ਬਾਅਦ ਤੱਕ ਕਾਰਬੋਹਾਈਡ ਵਾਲੇ ਭੋਜਨ ਤੋਂ ਪਰਹੇਜ਼ ਕਰਨਾ ਸਭ ਤੋਂ ਵਧੀਆ ਹੈ। ਪਰੰਤੂ ਇਸ ਦੇ ਬਦਲੇ ਤੁਸੀਂ ਆਪਣੇ ਟੈਸਟ ਤੋਂ ਪਹਿਲਾਂ ਹਮੇਸ਼ਾ ਕਾਰਬੋਹਾਈਡ ਰਹਿਤ ਸਨੈਕਸ ਲੈ ਸਕਦੇ ਹੋ, ਕਿਉਂਕਿ ਇਹ ਤੁਹਾਡੇ ਖੂਨ ਵਿੱਚ ਗਲੂਕੋਜ਼ ਦੇ ਨਤੀਜੇ ਨੂੰ ਪ੍ਰਭਾਵਿਤ ਨਹੀਂ ਕਰਨਗੇ। ਤੁਹਾਨੂੰ ਵੀਡੀਓ 3 ਵਿੱਚ 10 ਗ੍ਰਾਮ ਕਾਰਬੋਹਾਈਡ ਵਾਲੇ ਸਨੈਕ ਅਤੇ ਕਾਰਬੋਹਾਈਡ ਰਹਿਤ ਸਨੈਕ ਦੋਵਾਂ ਦੇ ਸੁਝਾਅ ਮਿਲਣਗੇ। ਸਿਰਲੇਖ ਪ੍ਰਸ਼ਨ ਪੜ੍ਹੋ। ਹੋ ਸਕਦਾ ਹੈ ਕਿ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਕੁਝ ਭੋਜਨਾਂ ਤੋਂ ਬਾਅਦ ਆਪਣੇ ਟੀਚੇ ਵਿੱਚ ਹੋ ਪਰ ਹੋਰਨਾਂ ਨਾਲ ਟੀਚੇ ਉੱਤੇ ਇਹ ਸੁਝਾਅ ਹੋ ਸਕਦਾ ਹੈ ਕਿ ਕੁਝ ਭੋਜਨਾਂ ਵਿੱਚ ਕਾਰਬੋਹਾਈਡ ਦੀ ਢੁਕਵੀਂ ਮਾਤਰਾ ਹੋ ਸਕਦੀ ਹੈ ਪਰ ਦੂਜਿਆਂ ਵਿੱਚ ਬਹੁਤ ਜ਼ਿਆਦਾ ਕਾਰਬੋਹਾਈਡ ਹੋ ਸਕਦਾ ਹੈ। ਉਹਨਾਂ ਭੋਜਨਾਂ ਬਾਰੇ ਸੋਚੋ ਜੋ ਤੁਹਾਨੂੰ ਟੀਚੇ ਦੇ ਉੱਤੇ ਕਰਦੇ ਹਨ ਅਤੇ ਇਸ ਬਾਰੇ ਸੋਚੋ ਕਿ ਤੁਸੀਂ ਇਹ ਭੋਜਨ ਦੇ ਕਾਰਬੋਹਾਈਡ ਦਾ ਪੋਰਸ਼ਨ ਸਾਈਜ਼ ਘਟਾ ਸਕਦੇ ਹੋ। ਭੋਜਨ ਮੂਡ ਅਤੇ ਖੂਨ ਵਿੱਚ ਗਲੂਕੋਜ਼ ਦੀ ਇੱਕ ਡਾਇਰੀ ਰੱਖਣਾ, ਜਿਵੇਂ ਕਿ ਵੀਡੀਓ 3 ਵਿੱਚ ਦੱਸਿਆ ਗਿਆ ਸੀ, ਮਦਦਗਾਰ ਹੋ ਸਕਦਾ ਹੈ। ਕੁਝ ਚਮਚ ਘਟਾ ਪਾਸਤਾ ਜਾਂ ਚੌਲ ਫਰਕ ਪਾ ਸਕਦੇ ਹਨ। ਤੁਸੀਂ ਵੀਡੀਓ 3 ਵਿੱਚ ਹੱਥ ਨਾਲ ਨਾਪੇ ਹਿੱਸਿਆਂ ਦੇ ਚਾਰਟ ਦੁਆਰਾ ਦੇਖ ਸਕਦੇ ਹੋ। ਜੇ ਤੁਹਾਨੂੰ ਕਿਸੇ ਭੋਜਨ ਵਿੱਚ ਕਾਰਬੋਹਾਈਡ ਦੀ ਸਿਫਾਰਿਸ਼ ਕੀਤੀ ਮਾਤਰਾ ਬਾਰੇ ਸੇਧ ਦਿੰਦਾ ਹੈ। ਸਿਰਲੇਖ ਪ੍ਰਸ਼ਨ ਪੜ੍ਹੋ। ਵਰਤ ਰੱਖਣ ਦੇ ਬਾਅਦ ਖੂਨ ਵਿੱਚ ਗਲੂਕੋਜ਼ ਦੇ ਪੱਧਰ ਟੀਚੇ ਦੇ ਉੱਤਰ ਜਾਣ ਦੇ ਕਈ ਕਾਰਨ ਹਨ। ਭੋਜਨ ਮੂਡ ਅਤੇ ਖੂਨ ਵਿੱਚ ਗਲੂਕੋਜ਼ ਦੀ ਇੱਕ ਡਾਇਰੀ ਰੱਖਣ ਇਸ ਕਾਰਨ ਮਦਦਗਾਰ ਹੋ ਸਕਦੀ ਹੈ ਅਤੇ ਇਸ ਬਾਰੇ ਵੇਰਵਾ ਵੀਡੀਓ 3 ਵਿੱਚ ਦਿੱਤਾ ਗਿਆ ਹੈ। ਇੱਥੇ ਕੁਝ ਵਿਚਾਰ ਕਰਨ ਯੋਗ ਨੁਕਤੇ ਹਨ ਜੋ ਤੁਹਾਨੂੰ ਪਤਾ ਲਗਾਉਣ ਵਿੱਚ ਸਹਾਇਤਾ ਕਰ ਸਕਦੇ ਹਨ
ਕਿ ਕਾਰਨ ਕੀ ਹੋ ਸਕਦਾ ਹੈ। ਕੀ ਤੁਸੀਂ ਰਾਤ ਦੌਰਾਨ ਕੁਝ ਖਾ ਜਾਂ ਪੀ ਰਹੇ ਹੋ? ਉਦਾਹਰਣ ਵਜੋਂ ਕੋਰੀ ਕਾਰਬਟ ਵਾਲੀ ਸਨੈਕ ਜਾਂ ਦੁੱਧ ਦਾ ਗਲਾਸ ਜੋ ਤੁਹਾਡੇ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਵਧਾ ਸਕਦਾ ਹੈ। ਜੇ ਅਜਿਹਾ ਹੈ ਤਾਂ ਇਸ ਦੀ ਬਜਾਏ ਕਾਰਬੋਰੇਟ ਰਹਿਤ ਵਿਕਲਪਾਂ ਦੀ ਚੋਣ ਕਰਨ ਦੀ ਕੋਸ਼ਿਸ਼ ਕਰੋ, ਜਿਵੇਂ ਕਿ ਪ੍ਰੋਟੀਨ, ਸਬਜ਼ੀਆਂ ਜਾਂ ਪਾਣੀ। ਜੇ ਤੁਸੀਂ ਸੌਣ ਤੋਂ ਪਹਿਲਾਂ ਕੋਈ ਕਾਰਬੋਰੇਟ ਹੈ ਵਾਲੇ ਖਾਣ ਜਾਂ ਪੀਣ ਵਾਲੇ ਪਦਾਰਥ ਲੈ ਰਹੇ ਹੋ, ਭਾਵੇਂ ਤੁਹਾਡੇ ਸ਼ਾਮ ਦੇ ਭੋਜਨ ਤੋਂ ਬਾਅਦ ਤੁਹਾਡੇ ਖੂਨ ਵਿੱਚ ਗਲੂਕੋਜ਼ ਦਾ ਪੱਧਰ ਟੀਚਾ ਥੱਲੇ ਹੋਵੇ, ਇਸ ਸਮੇਂ ਤੋਂ ਬਾਅਦ ਵਾਧੂ ਕਾਰਬੋਰੇਟ ਹੈ ਨਾਲ ਤੁਹਾਨੂੰ ਪਤਾ ਹੋਏ ਬਗੈਰ ਸੌਣ ਤੋਂ ਪਹਿਲਾਂ ਤੁਹਾਡੇ ਖੂਨ ਵਿੱਚ ਗਲੂਕੋਜ਼ ਦਾ ਪੱਧਰ ਵੱਧ ਸਕਦਾ ਹੈ ਅਤੇ ਅਗਲੀ ਸਵੇਰ ਤੁਹਾਡੇ ਵਰਤ ਰੱਖਣ ਵਾਲੇ ਖੂਨ ਵਿੱਚ ਗਲੂਕੋਜ਼ ਨੂੰ ਉੱਪਰ ਕਰ ਸਕਦਾ ਹੈ। ਸੌਣ ਤੋਂ ਪਹਿਲਾਂ ਆਪਣੇ ਵੱਲੋਂ ਖਾਣ ਵਾਲੇ ਕਾਰਬੋਰੇਟ ਦੀ ਮਾਤਰਾ ਘਟਾਉਣ ਨਾਲ ਮਦਦ ਮਿਲ ਸਕਦੀ ਹੈ। ਸਨੈਕ ਲਈ ਜੋ ਵੀ ਤੁਸੀਂ ਚੁਣਦੇ ਹੋ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕਾਰਬੋਹਾਈਡਰੇਟ ਨੂੰ ਕੁੱਲ 10 ਗ੍ਰਾਮ ਤੱਕ ਰੱਖਿਆ ਜਾਵੇ। ਕੁਝ ਢੁੱਕਵੇਂ ਸਨੈਕ ਵਿਕਲਪਾਂ ਵਿੱਚ ਮੱਖਣ, ਚੀਜ਼ ਅਤੇ ਟਮਾਟਰ ਨਾਲ 2 ਕਰੀਮ ਕਰੈਕਰ, ਘੱਟ ਚਰਬੀ ਵਾਲੇ ਸੈਂਡਵਿਚ ਜਾਂ ਘੱਟ ਚਰਬੀ ਵਾਲੇ ਕਰੀਮ ਚੀਜ਼ ਨਾਲ ਟੋਸਟ ਕੀਤੀ ਹੋਈ ਡਬਲ ਰੋਟੀ ਦਾ ਇੱਕ ਛੋਟਾ ਪਤਲਾ ਸਲਾਈਸ, ਹੂਮਸ ਨਾਲ ਕੁਝ ਸਬਜ਼ੀਆਂ ਦੇ ਟੁਕੜੇ, ਸ਼ੂਗਰ ਫ੍ਰੀ ਜੈਲੀ, ਫਲਾਂ ਵਾਦੇ ਵਾਲੇ ਡਾਇਟ ਯੋਗਰਟ ਜਾਂ ਇੱਕ ਛੋਟਾ ਡੱਬਾ 125 ਮਿਲੀਲੀਟਰ ਫਲਾਂ ਦਾ ਇੱਕ ਪੋਰਸ਼ਨ, ਜਾਂ ਭਾਵੇਂ ਟੋਸਟ ਦੇ ਇੱਕ ਛੋਟੇ ਟੁਕੜੇ ਨਾਲ, ਜਾਂ ਇਸ ਤੋਂ ਬਗੈਰ ਇੱਕ ਹਾਮ ਅਤੇ ਮਸ਼ਰੂਮ ਆਮਲੈਟ ਸ਼ਾਮਲ ਹੋ ਸਕਦੇ ਹਨ। ਹੋਰ ਸਨੈਕ ਸੁਝਾਅ ਵੀ ਵੀਡੀਓ ਵਿੱਚ ਦਿਖਾਏ ਗਏ ਹਨ। ਕੀ ਦਵਾਈ ਦੀ ਲੋੜ ਜਾਂ ਤੁਹਾਡੀ ਦਵਾਈ ਵਿੱਚ ਤਬਦੀਲੀ ਦੀ ਜ਼ਰੂਰਤ ਹੋ ਸਕਦੀ ਹੈ? ਭਾਵੇਂ ਜਦੋਂ ਤੁਸੀਂ ਖਾਣਾ ਵੀ ਨਹੀਂ ਵੀ ਖਾ ਰਹੇ ਅਤੇ ਸਰੀਰ ਅਜੇ ਵੀ ਕੁਝ ਇਨਸੁਲਿਨ ਪੈਦਾ ਕਰਦਾ ਹੈ ਜੋ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਸਥਿਰ ਰੱਖਦਾ ਹੈ। ਜੇ ਤੁਸੀਂ ਪਿਛਲੀ ਰਾਤ ਨੂੰ ਸ਼ਾਮ ਦੇ ਖਾਣੇ ਤੋਂ ਬਾਅਦ ਕੋਈ ਕਾਰਬੋਹਾਈਡਰੇਟ ਨਹੀਂ ਲੈ ਰਹੇ ਹੋ ਤਾਂ ਸ਼ਾਇਦ ਤੁਹਾਡੇ ਖੁਰਾਕ ਵਰਤ ਰੱਖਣ ਤੋਂ ਬਾਅਦ ਦੇ ਉੱਚੇ ਪੱਧਰ ਦਾ ਕਾਰਨ ਹੋਵੇ, ਅਤੇ ਇਹ ਹੋ ਸਕਦਾ ਹੈ ਕਿ ਤੁਹਾਡੇ ਸਰੀਰ ਦਾ ਇਨਸੁਲਿਨ ਤੁਹਾਡੇ ਖੂਨ ਵਿੱਚ ਗਲੂਕੋਜ਼ ਦੇ ਪੱਧਰਾਂ ਨੂੰ ਨਿਯੰਤਰਣ ਕਰਨ ਲਈ ਸੰਘਰਸ਼ ਕਰ ਰਿਹਾ ਹੈ ਜਿੰਨੀ ਚੰਗੀ ਤਰ੍ਹਾਂ ਇਹ ਪਹਿਲਾਂ ਕਰਦਾ ਸੀ। ਇਸ ਲਈ ਸਹਾਇਤਾ ਲਈ ਦਵਾਈ ਜਾਂ ਦਵਾਈ ਵਿੱਚ ਤਬਦੀਲੀਆਂ ਦੀ ਲੋੜ ਹੋ ਸਕਦੀ ਹੈ, ਪਰ ਤੁਹਾਡੀ ਡਾਇਬਿਟੀ ਨਰਸ ਤੁਹਾਡੇ ਨਾਲ ਇਸ ਬਾਰੇ ਗੱਲਬਾਤ ਕਰੇਗੀ। ਉਹ ਸੋਚਦੇ ਹਨ ਕਿ ਇਸ ਦੀ ਜ਼ਰੂਰਤ ਹੈ। ਸਿਰਲੇਖ ਪ੍ਰਸ਼ਨ ਪੜ੍ਹੋ। ਜਿਵੇਂ ਜਿਵੇਂ ਗਰਭ ਅਵਸਥਾ ਵੱਧਦੀ ਜਾਂਦੀ ਹੈ, ਸਰੀਰ ਵਿੱਚ ਤੁਹਾਡੇ ਇਨਸੁਲਿਨ ਪ੍ਰਤੀ ਹੋਰ ਘੱਟ ਸੰਵੇਦਨਸ਼ੀਲ ਹੋਣਾ ਬਹੁਤ ਆਮ ਗੱਲ ਹੈ, ਭਾਵ ਇਹ ਗਰਭ ਅਵਸਥਾ ਦੌਰਾਨ ਪਹਿਲਾਂ ਦੇ ਮੁਕਾਬਲੇ ਹੁਣ ਘੱਟ ਚੰਗੀ ਤਰ੍ਹਾਂ ਕਰ ਰਿਹਾ ਹੈ। ਇਹ ਤੁਹਾਡੇ ਖੂਨ ਵਿੱਚ ਗਲੂਕੋਜ਼ ਦੇ ਪੱਧਰ ਵਿੱਚ ਵਾਧੇ ਦੇ ਨਾਲ ਦੇਖਿਆ ਜਾ ਸਕਦਾ ਹੈ। ਭਾਵੇਂ ਤੁਸੀਂ ਜੋ ਖਾ ਰਹੇ ਹੋ ਉਸ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ, ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਕਾਰਬੋਹਾਈਡਰੇਟ ਦੇ ਆਪਣੇ ਪੋਰਸ਼ਨ ਸਾਈਜ਼ ਨੂੰ ਘਟਾ ਸਕਦੇ ਹੋ ਤਾਂ ਤੁਸੀਂ ਇਸ ਨੂੰ ਅਜਮਾ ਸਕਦੇ ਹੋ ਅਤੇ
ਦੇਖੋ ਕਿ ਇਹ ਮਦਦ ਕਰਦਾ ਹੈ। ਤੁਸੀਂ ਵੀਡੀਓ 3 ਵਿੱਚ ਹੱਥ ਨਾਲ ਨਾਪੇ ਪੋਰਸ਼ਨ ਦੇ ਚਾਰਟ ਦੇਖ ਸਕਦੇ ਹੋ ਜੋ ਤੁਹਾਨੂੰ ਇੱਕ ਭੋਜਨ ਵਿੱਚ ਕਾਰਬੋਹਾਈਡਰੇਟ ਦੀ ਸਿਫਾਰਿਸ਼ ਕੀਤੀ ਮਾਤਰਾ ਬਾਰੇ ਸੇਧ ਦਿੰਦਾ ਹੈ। ਸਿਰਲੇਖ ਪ੍ਰਸ਼ਨ ਪੜ੍ਹੋ। ਗਰਭ ਅਵਸਥਾ ਦੇ ਦੌਰਾਨ ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ ਜਿੰਨਾ ਸੰਭਵ ਹੋ ਸਕਦਾ ਹੈ ਸੰਤੁਲਿਤ ਰੱਖਣ ਲਈ ਤੁਹਾਡੇ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਉਦੇਸ਼ ਸੀਮਾ ਦੇ ਅੰਦਰ ਰੱਖਣਾ ਮਹੱਤਵਪੂਰਨ ਹੈ। ਹਾਲਾਂਕਿ ਇਹ ਮਹੱਤਵਪੂਰਨ ਹੈ ਕਿ ਅਜੇ ਵੀ ਜਸ਼ਨਾਂ ਵਿੱਚ ਹਿੱਸਾ ਲੈਣ ਜਾਏ ਅਤੇ ਆਨੰਦ ਲੈਣ ਦੇ ਯੋਗ ਹੋਇਆ ਜਾਏ। ਉਦਾਹਰਣ ਵਜੋਂ ਤੁਹਾਡੇ ਜਨਮਦਿਨ ਨੇੜੇ ਆ ਰਹੇ ਨੇ ਹੈ ਜਾਂ ਤੁਸੀਂ ਵਿਆਹ ਵਿੱਚ ਸ਼ਾਮਲ ਹੋਣ ਜਾ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਆਪ ਨੂੰ ਦਾਵਤ ਦੇਣ ਲਈ ਉਪਲਬਧ ਭੋਜਨ ਵਿੱਚੋਂ ਕੁਝ ਚੀਜ਼ਾਂ ਅਤੇ ਕੇਕ ਦੇ ਇੱਕ ਟੁਕੜਾ ਖਾਣ ਦੀ ਆਗਿਆ ਦਿਓ। ਇੱਕ ਸੁਝਾਅ ਦੇ ਤੌਰ 'ਤੇ ਤੁਸੀਂ ਇੱਕ ਵਾਰ ਵਿੱਚ ਕਈ ਉਪਲਬਧ ਭੋਜਨ ਵਿੱਚੋਂ ਬਹੁਤ ਜ਼ਿਆਦਾ ਕਾਰਬੋਹਾਈਡਰੇਟ ਵਾਲੇ ਭੋਜਨ ਲੈਣ ਤੋਂ ਬਚਣ ਦੀ ਕੋਸ਼ਿਸ਼ ਕਰ ਸਕਦੇ ਹੋ ਅਤੇ ਤੁਹਾਡੇ ਖੂਨ ਵਿੱਚ ਗਲੂਕੋਜ਼ ਦੇ ਪੱਧਰ ਉੱਤੇ ਪ੍ਰਭਾਵਿਤ ਨੂੰ ਸੀਮਿਤ ਕਰਨ ਲਈ ਕੇਕ ਦਾ ਕੇਵਲ ਇੱਕ ਅਜਿਹਾ ਟੁਕੜਾ ਲਓ ਛੋਟਾ ਜਿਹਾ ਟੁਕੜਾ ਲਓ। ਤੁਸੀਂ ਉਮੀਦ ਕਰਦੇ ਹੋ ਕਿ ਤੁਹਾਡੇ ਖੂਨ ਵਿੱਚ ਗਲੂਕੋਜ਼ ਦਾ ਪੱਧਰ ਤੁਹਾਡੇ ਟੀਚੇ ਤੋਂ ਉੱਤਰ ਹੋ ਜਾਣ ਦੀ ਸੰਭਾਵਨਾ ਹੈ ਜਦੋਂ ਅਗਲੀ ਵਾਰ ਤੁਸੀਂ ਉਹਨਾਂ ਦੀ ਜਾਂਚ ਕਰਦੇ ਹੋ, ਪਰ ਘੱਟੋ ਘੱਟ ਤੁਹਾਨੂੰ ਪਤਾ ਹੋਵੇਗਾ ਕਿ ਅਜਿਹਾ ਕਿਉਂ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਆਨੰਦ ਲਓ ਅਤੇ ਫਿਰ ਬਾਅਦ ਵਿੱਚ ਆਪਣੀ ਬਾਕੀ ਦੀਆਂ ਰੀਡਿੰਗਾਂ ਨੂੰ ਰਸਤੇ ਉੱਤੇ ਰੱਖਣ ਲਈ ਜਿੱਥੇ ਤੁਹਾਨੂੰ ਉਹਨਾਂ ਦੇ ਰਹਿਣ ਦੀ ਜ਼ਰੂਰਤ ਹੈ ਰਸਤੇ 'ਤੇ ਵਾਪਸ ਆਓ। ਇੱਥੇ ਕੁਝ ਲਿੰਕ ਹਨ ਜੋ ਸਾਨੂੰ ਉਮੀਦ ਹੈ ਕਿ ਤੁਹਾਨੂੰ ਵਧੇਰੇ ਜਾਣਕਾਰੀ ਪਹੁੰਚਾਉਣ ਲਈ ਮਦਦਗਾਰ ਲਾਭਦਾਇਕ ਹੋਣਗੇ। ਕੋਈ ਡਿਕਟੇਸ਼ਨ ਨਹੀਂ। ਇਹ ਡਾਇਬੀਟੀਜ਼ ਡਾਇਟੀਸ਼ਨ ਲਈ ਈਮੇਲ ਸੰਪਰਕ ਵੇਰਵੇ ਹਨ। ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਹਾਨੂੰ ਆਪਣੀ ਗਰਭ ਅਵਸਥਾ ਦੀ ਸ਼ੂਗਰ ਦਾ ਪ੍ਰਬੰਧ ਕਰਨ ਵਿੱਚ ਸਹਾਇਤਾ ਲਈ ਖੁਰਾਕ ਬਾਰੇ ਕਿਸੇ ਹੋਰ ਸਹਾਇਤਾ ਦੀ ਜ਼ਰੂਰਤ ਹੈ। ਕਿਰਪਾ ਕਰਕੇ ਉਸ ਮਟਰਨਿਟੀ ਹਸਪਤਾਲ ਦੇ ਸੰਪਰਕ ਵੇਰਵਿਆਂ ਦੀ ਵਰਤੋਂ ਕਰੋ ਜਿਸ ਵਿੱਚ ਤੁਸੀਂ ਜਾਂਦੇ ਹੋ। ਅਸੀਂ ਹੁਣ ਵੀਡੀਓ 5 ਦੇ ਅੰਤ ਅਤੇ ਗਰਭ ਅਵਸਥਾ ਦੀ ਸ਼ੂਗਰ ਦੇ ਨਾਲ ਸਿਹਤਮੰਦ ਭੋਜਨ ਦੇ ਅੰਤ ਦੇ 'ਤੇ ਆ ਗਏ ਹਾਂ। ਇਹ NHS ਗ੍ਰੇਟਰ ਗਲਾਸਗੋ ਅਤੇ ਕਲਾਈਡ ਡਾਇਬੀਟੀ ਸੇਵਾ ਦੇ ਦਰਜ ਹੋਏ ਖੁਰਾਕ ਮਾਹਿਰਾਂ ਦੁਆਰਾ ਤਿਆਰ ਕੀਤੇ ਗਏ ਹਨ। ਇਹਨਾਂ ਵੀਡੀਓਜ਼ ਨੂੰ ਤੁਸੀਂ ਜਿੰਨੀ ਵਾਰ ਚਾਹੋ ਦੇਖਣ ਲਈ ਤੁਹਾਡਾ ਸਵਾਗਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਜਾਣਕਾਰੀ ਲਾਭਦਾਇਕ ਕਿ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਾਣਕਾਰੀ ਲਾਭਦਾਇਕ ਲੱਗੀ ਹੈ ਅਤੇ ਅਸੀਂ ਇਸ ਲਈ ਖੁਸ਼ਹਾਲ ਸਿਹਤਮੰਦ ਗਰਭ ਅਵਸਥਾ ਦੀ ਕਾਮਨਾ ਕਰਦੇ ਹਾਂ।